ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਲੌਕਡਾਊਨ ਕਰ ਦਿੱਤਾ ਹੈ। ਇਸ ਦਰਮਿਆਨ ਪੰਜਾਬ ਆਏ ਕਈ NRI ਪੰਜਾਬ 'ਚ ਫਸੇ ਹੋਏ ਹਨ। ਭਾਰਤ ਵਿੱਚ ਐਲਾਨੇ ਲੌਕਡਾਊਨ ਕਰਕੇ ਸਾਰੇ ਸੂਬਿਆਂ ਦੀਆਂ ਹੱਦਾਂ ਸੀਲ ਹਨ। ਪੰਜਾਬ ਵਿੱਚ ਕਈ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਜਿਨ੍ਹਾਂ 'ਚ ਬਹੁਤੇ ਸਿੱਖ ਹਨ ਫਸੇ ਹਨ, ਉਹ ਫਲਾਈਟ ਫੜਨ ਲਈ ਦਿੱਲੀ ਨਹੀਂ ਪਹੁੰਚ ਸਕਦੇ ਕਿਉਂਕਿ ਸੂਬਿਆਂ ਦੀਆਂ ਹੱਦਾਂ ਸੀਲ ਹਨ। ਕਈ ਲੇਬਰ MP ਵੱਲੋਂ ਸਾਂਝੇ ਤੌਰ 'ਤੇ ਸਰਕਾਰ ਨੂੰ ਇਹ ਗੁਜ਼ਾਰਿਸ਼ ਕੀਤੀ ਗਈ ਹੈ ਕਿ ਇਹਨਾਂ ਬ੍ਰਿਟਿਸ਼ ਨਾਗਰਿਕਾਂ ਨੂੰ ਉੱਥੋਂ ਕੱਢਣ ਲਈ ਪੰਜਾਬ ਦੇ ਅੰਮ੍ਰਿਤਸਰ ਤੋਂ ਵਿਸ਼ੇਸ਼ ਫਲਾਈਟ ਦਾ ਬੰਦੋਬਸਤ ਕੀਤਾ ਜਾਵੇ। ਸਲੌਕ ਤੋਂ ਮੈਂਬਰ ਪਾਰਲੀਮੈਂਟ ਤਰਮਨਜੀਤ ਸਿੰਘ ਢੇਸੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਈ ਬ੍ਰਿਟਿਸ਼ ਨਾਗਰਿਕ ਫਸੇ ਹਨ, ਉਹ ਕਾਫੀ ਗੁੱਸੇ ਵਿੱਚ ਹਨ ਅਤੇ ਖੁਦ ਨਾਲ ਪੱਖਪਾਤ ਮਹਿਸੂਸ ਕਰ ਰਹੇ ਹਨ। ਬ੍ਰਿਟਿਸ਼ ਸਰਕਾਰ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਤਰਮਨਜੀਤ ਸਿੰਘ ਢੇਸੀ ਵੱਲੋਂ ਇਸ ਬਾਰੇ ਟਵੀਟ ਵੀ ਕੀਤਾ ਗਿਆ ਹੈ ਕਿ ਕਈ ਬ੍ਰਿਟਿਸ਼ ਨਾਗਰਿਕ ਵਿਦੇਸ਼ਾਂ 'ਚ ਫਸੇ ਹਨ, ਮੈਂ ਸਰਕਾਰ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹਨਾਂ ਨੂੰ ਕਿਸੇ ਵੀ ਹੀਲੇ ਵਾਪਸ ਲਿਆਂਦਾ ਜਾਵੇ। ਉਹਨਾਂ ਨੇ ਸਰਕਾਰ ਵੱਲੋਂ ਵਿਖਾਈ ਜਾ ਰਹੀ ਢਿੱਲ ਨੂੰ ਗੈਰ ਜ਼ਰੂਰੀ ਦੱਸਿਆ ਹੈ। ਪੰਜਾਬ 'ਚ ਫਸੇ 30 ਵਰ੍ਹਿਆਂ ਦੇ ਪ੍ਰਦੀਪ ਨਿੱਜਰ, ਜੋ ਇੱਥੇ ਨੋਟਿੰਗਹਮ ਨਾਲ ਸੰਬੰਧਿਤ ਹਨ, ਉਹ ਪੰਜਾਬ 'ਚ ਆਪਣੇ ਪਰਿਵਾਰ ਸਮੇਤ ਫਸੇ ਹਨ ਅਤੇ ਬਜ਼ੁਰਗ ਮਾਪਿਆਂ ਨੂੰ ਉਹਨਾਂ ਦੀ ਲੋੜ ਦੀ ਦਵਾਈ ਨਹੀਂ ਮਿਲ ਰਹੀ। ਪਰਿਵਾਰ ਨੇ UK ਵਾਪਸ ਜਾਣ ਲਈ ਕਈ ਫਲਾਈਟ ਬੁੱਕ ਕੀਤੀਆਂ ਪਰ ਸਭ ਕੈਂਸਲ ਹੋ ਗਈਆਂ। ਨਿੱਜਰ ਦੀ 63 ਵਰ੍ਹਿਆਂ ਦੀ ਬਜ਼ੁਰਗ ਮਾਤਾ, ਜੋ ਕਿ ਸਾਬਕਾ ਨਰਸ ਹਨ, ਉਹਨਾਂ ਦੀ ਦਵਾਈ ਚੱਲ ਰਹੀ ਹੈ। ਉਹਨਾਂ ਕੋਲ ਮੈਜ ਹੁਣ 10 ਦਿਨ ਦੀ ਦਵਾਈ ਬਚੀ ਹੈ। ਨਿੱਜਰ ਮੁਤਾਬਕ ਦਵਾਈ ਖਤਮ ਹੋਣ 'ਤੇ ਉਹਨਾਂ ਨੂੰ ਵੱਡੀ ਪਰੇਸ਼ਾਨੀ ਹੋਵੇਗੀ। ਅਸੀਂ ਇਸ ਵੇਲੇ ਮੁਸ਼ਕਲ ਵਿੱਚ ਹਾਂ। ਉਸਦਾ ਕਹਿਣਾ ਹੈ ਕਿ ਉਸਦਾ 65 ਸਾਲਾ ਪਿਤਾ ਦਿਲ ਦਾ ਮਰੀਜ਼ ਹੈ, ਉਹ ਇੱਥੇ ਬੁਰੀ ਤਰ੍ਹਾਂ ਫਸ ਗਏ ਹਨ ਅਤੇ ਵਾਪਸੀ ਦੇ ਇੰਤਜ਼ਾਰ ਵਿੱਚ ਹਨ, ਜੋ ਨਹੀਂ ਹੋ ਰਹੀ। 44 ਸਾਲਾ ਬੈਲੀ ਕੌਰ ਦਾ ਕਹਿਣਾ ਹੈ ਕਿ ਉਸਦੇ ਬਜ਼ੁਰਗ ਮਾਪੇ ਪੰਜਾਬ ਵਿੱਚ ਫਸੇ ਹਨ, ਉਹ $1000 ਖਰਚ ਫਲਾਈਟ ਬੁੱਕ ਕਰ ਚੁੱਕੇ ਹਨ ਪਰ ਹਰ ਵਾਰ ਫਲਾਈਟ ਕੈਂਸਲ ਹੋ ਜਾਂਦੀ ਹੈ। ਵੈਸਟ ਮਿਡਲੈਂਡ ਦੇ ਮਣੀ ਸੇਖੋਂ ਦਾ ਕਹਿਣਾ ਹੈ ਕਿ ਉਹਨਾਂ ਦੇ 66 ਵਰ੍ਹਿਆਂ ਦੇ ਪਿਤਾ ਮੋਹਨ ਸਿੰਘ ਪੰਜਾਬ ਦੇ ਮਾਨਾ ਵਾਲਾ ਪਿੰਡ 'ਚ ਫਸੇ ਹਨ, ਉਹ ਸ਼ੂਗਰ ਦੇ ਮਰੀਜ਼ ਹਨ। ਸਾਡਾ ਪੂਰਾ ਪਰਿਵਾਰ ਉਹਨਾਂ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਹੈ। ਮਾਨਾ ਵਾਲਾ ਪਿੰਡ ਵਿੱਚ 10 ਦੇ ਕਰੀਬ ਬ੍ਰਿਟਿਸ਼ ਨਾਗਰਿਕ ਫਸੇ ਹਨ, ਸੋ ਇਹ ਫੇਰ ਇਸ ਤੋਂ ਲੰਬੀ ਹੈ ਅਤੇ ਉਹਨਾਂ ਦੇ ਪਰਿਵਾਰ ਵਾਲੇ ਇੰਤਜ਼ਾਰ ਵਿੱਚ ਹਨ ਉਹਨਾਂ ਦੇ ਪਰਿਵਾਰਕ ਮੈਂਬਰ ਕਦੋਂ ਪਰਤਣਗੇ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।